ਕਰ ਜੋਗ ਸਤਸੰਗ ਜੀ, ਮੈਨੂੰ ਤੁਸੀਂ ਹਮੇਸ਼ਾ ਦੀਵਾਨ ਵਿੱਚ ਬੋਲਦੇ ਆ, ਕੀਰਤਨ ਵਿੱਚ ਬੋਲਦੇ ਆ ਹੀ ਵੇਖਿਆ ਹੈ, ਪਰ ਅੱਜ ਮੈਂ ਤੁਹਾਡੇ ਸਾਹਮਣੇ ਕੈਮਰੇ ਤੇ ਬੋਲ ਰਿਹਾ। ਉਹਦਾ ਕਾਰਨ ਕੀ ਹੈ ਕਿ ਬਹੁਤ ਸਾਰੀਆਂ ਮੈਨੂੰ ਕਾਲਾਂ ਵਿਦੇਸ਼ਾਂ ਚੋਂ ਆ ਰਹੀਆਂ ਨੇ, ਜਿਹਦੇ ਕਰਕੇ ਮੈਨੂੰ ਅੱਜ ਇਹ ਤੁਹਾਡੇ ਰੂਬਰੂ ਹੋਣਾ ਪਿਆ, ਸੰਗਤ ਦੇ ਸਾਹਮਣੇ ਆਉਣਾ ਪਿਆ। ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਸਰੀ ਦੇ ਵਿੱਚ ਚੱਲਦਾ ਹੋਇਆ ਇੱਕ ਰੇਡੀਓ ਸ਼ੇਰੇ ਪੰਜਾਬ, ਜਿਹਦੇ ਉੱਤੇ ਇੱਕ ਇੰਟਰਵਿਊ ਹੋਈ ਭਾਈ ਸੁਖਵਿੰਦਰ ਸਿੰਘ ਨਾਮਕ ਸਿੰਘ ਦੀ, ਜਿਹਨੇ ਬਹੁਤ ਸਾਰੇ ਸਾਡੇ ਅਤੇ ਸਾਡੀ ਸੰਸਥਾ ਅਤੇ ਮੇਰੇ ਅਤੇ ਦੋਸ਼ ਲਾਏ। ਉਹਦੇ ਵਾਸਤੇ ਬਹੁਤ ਸਾਰੀਆਂ ਕਾਲਾਂ ਮੈਨੂੰ ਆ ਰਹੀਆਂ ਨੇ ਔਰ ਬਹੁਤ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਬੋਲਦੇ ਨੇ, ਉਹ ਮੈਂ ਪੂਰੀ ਇੰਟਰਵਿਊ ਸੁਣੀ। ਅਤੇ ਦੂਸਰੀ ਗੱਲ ਇਹ ਹੈ ਕਿ ਜਿਸ ਭਾਈ ਸਾਹਿਬ ਜੀ ਕੁਲਦੀਪ ਸਿੰਘ ਹੋਣਾ ਨੇ ਸੁਖਵਿੰਦਰ ਸਿੰਘ ਦੀ ਇੰਟਰਵਿਊ ਲਈ ਹੈ, ਉਹਨਾਂ ਨੇ ਮੇਰੀ ਇੰਟਰਵਿਊ ਵੀ ਕੀਤੀ ਹੈ। ਉਹਦਾ ਕੁਝ ਹਿੱਸਾ ਸੰਗਤ ਨੇ 20-22 ਮਿੰਟ ਦਾ ਸੁਣ ਲਿਆ। ਪੂਰੀ ਇੰਟਰਵਿਊ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਐਤਵਾਰ ਨੂੰ ਪੂਰਾ ਸੁਣਾਵਾਂਗੇ। ਮੇਰੇ ਨਾਲ ਉਹਨਾਂ ਨੇ ਬੜੇ ਪਿਆਰ ਨਾਲ, ਬੜੇ ਸੋਹਣੇ ਤਰੀਕੇ ਨਾਲ ਗੱਲ ਕੀਤੀ। ਸਾਰੇ ਉਹਨਾਂ ਨੇ ਮੇਰੇ ਤੋਂ ਇੱਕ ਇੱਕ ਕਰਕੇ ਸਵਾਲ ਪੁੱਛੇ ਅਤੇ ਮੈਂ ਉਹਨਾਂ ਦੇ ਜਵਾਬ ਦਿੱਤੇ। ਪਰ ਹੁਣ ਮੈਂ ਸੰਗਤ ਵਿੱਚ ਆਪਣੇ ਜਵਾਬ ਦੇਣੇ ਚਾਹੁੰਦਾ, ਕਿਉਂਕਿ ਬਹੁਤ ਸਾਰੇ ਸਵਾਲ ਸੰਤਾਂ ਅਤੇ ਮਹਾਂਪੁਰਸ਼ਾਂ ਅਤੇ ਰਾਗੀਆਂ ਅਤੇ ਢਾਡੀਆਂ ਅਤੇ ਪ੍ਰਚਾਰਕਾਂ 'ਤੇ ਉੱਠਦੇ ਨੇ, ਉੱਠ ਰਹੇ ਨੇ, ਅੱਗੇ ਤੋਂ ਵੀ ਉੱਠਣਗੇ। ਬਹੁਤ ਸਾਰੇ ਲੋਕ ਮੈਨੂੰ ਇਹ ਸਲਾਹ ਵੀ ਦਿੰਦੇ ਨੇ ਕਿ ਬਾਬਾ ਜੀ ਇੱਦਾਂ ਦੇ ਲੋਕ ਤਾਂ ਰੌਲਾ ਪਾਉਂਦੇ ਰਹਿੰਦੇ ਨੇ, ਸਾਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ, ਸਮਾਂ ਆਏਗਾ ਆਪੇ ਪਤਾ ਲੱਗ ਜਾਏਗਾ, ਸੱਚ ਸੱਚ ਹੈ, ਝੂਠ ਝੂਠ ਹੈ, ਦੁੱਧ ਪਾਣੀ ਦਾ ਆਪੇ ਪਤਾ, ਦੁੱਧ ਦੁੱਧ ਰਹਿਣਾ। ਪਰ ਮੈਂ ਇਹ ਸੋਚਣਾ ਕਿ ਸਾਨੂੰ ਕੁਛ ਲੋਕ ਪਿਆਰ ਕਰਦੇ ਨੇ, ਚਾਹੁਣ ਵਾਲੇ ਨੇ, ਬੜਿਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਉਹਨਾਂ ਲੋਕਾਂ ਨੂੰ ਸੱਚਾਈ ਦਾ ਪਤਾ ਹੈ ਕਿਉਂਕਿ ਉਹ ਇੱਥੇ ਆਉਂਦੇ ਨੇ, ਸਾਡੇ ਕੋਲ ਰਹਿੰਦੇ ਨੇ, ਕਈਆਂ ਸਾਲਾਂ ਤੋਂ ਜੁੜੇ ਹੋਏ। ਪਰ ਕਈ ਨਵੇਂ ਬੰਦੇ ਨੇ, ਉਹ ਇਕੱਲੇ ਇਕੱਲੇ ਬੰਦੇ ਨੂੰ ਘੇਰ ਘੇਰ ਕੇ ਕਹਿੰਦੇ ਨੇ ਤੁਹਾਡੇ ਬਾਬੇ ਦਾ ਪਤਾ ਲੱਗਾ, ਤੁਹਾਡਾ ਬਾਬਾ ਕਰੈਕਟਰਲੈਸ ਹੈ, ਤੁਹਾਡਾ ਬਾਬਾ ਜਨਾਨੀਆਂ ਰੱਖਦਾ, ਤੁਹਾਡਾ ਬਾਬਾ ਇੱਦਾਂ ਦਾ, ਉਹ ਬੰਦਿਆਂ ਦੇ ਕੇਸ ਕਤਲ ਕਰਵਾਉਂਦਾ, ਕਈ ਤਰ੍ਹਾਂ ਦੀਆਂ ਗੱਲਾਂ ਇਹ ਸਾਹਮਣੇ ਆਈਆਂ। ਇਸ ਕਰਕੇ ਅਸੀਂ ਇਹਦਾ ਜਵਾਬ ਦੇਣ ਵਾਸਤੇ ਇੰਡੀਆ 'ਚ ਔਰ ਸਾਰੇ ਵਰਲਡ ਵਿੱਚ MH1 ਚੈਨਲ, ਚੜ੍ਹਦੀ ਕਲਾ, TV ਚੈਨਲ, 2 ਚੈਨਲ ਚੱਲਦੇ ਨੇ, ਇਕੱਠਿਆਂ ਉੱਤੇ ਉਹਨਾਂ ਨੂੰ ਬੁਲਾਇਆ ਹੈ ਕਿ ਸੰਗਰਾਮ ਦਾ ਦੀਵਾਨ ਜਿਹਦੇ ਵਿੱਚ 60-70 ਹਜ਼ਾਰ ਸੰਗਤ ਹੋਏਗੀ, ਕੋਈ ਵੀ ਇਸ਼ੂ ਉੱਠਦਾ ਮੈਂ ਉਹਦਾ ਜਵਾਬ ਹਮੇਸ਼ਾ ਸੰਗਤ ਵਿੱਚ ਦਿੰਦਾ, ਮੈਂ ਸੰਗਤ ਤੋਂ ਕੋਈ ਪਰਦਾ ਨਹੀਂ ਰੱਖਦਾ, ਅਤੇ ਮੈਂ ਉਹ ਜਵਾਬ ਦੇਣ ਵਾਸਤੇ ਉਹਨਾਂ ਨੂੰ ਬੁਲਾਇਆ। ਪਰ 14 ਤਰੀਕ ਅਜੇ ਬਹੁਤ ਦੂਰ ਹੈ ਅਤੇ ਭਾਈ ਸਾਹਿਬ ਕੁਲਦੀਪ ਸਿੰਘ ਹੋਣਾ ਨੇ ਵੀ ਕਹਿਤਾ ਕਿ ਐਤਵਾਰ ਨੂੰ ਅਸੀਂ ਪ੍ਰੋਗਰਾਮ ਕਰਨਾ ਹੈ, ਕਿਉਂਕਿ ਉਹਨਾਂ ਕੋਲ ਟਾਈਮ ਦੀ, ਸਮੇਂ ਦੀ ਘਾਟ ਹੈ। ਤਾਂ ਇਸ ਕਰਕੇ ਹੁਣ ਮੈਂ ਇੰਨੀਆਂ ਕਾਲਜ ਮੈਨੂੰ ਵਿਦੇਸ਼ਾਂ ਤੋਂ ਆ ਰਹੀਆਂ ਨੇ ਕਿ ਮੇਰੀ ਮਜਬੂਰੀ ਬਣ ਗਈ ਹੈ ਕਿ ਮੈਂ ਤੁਹਾਨੂੰ ਜਵਾਬ ਦਿਆਂ, ਕਿਉਂਕਿ ਸਾਡੀ ਸੰਗਤ ਸਾਰੀ ਚੜ੍ਹਦੀ ਕਲਾ ਨਾਲ ਇਸ ਗੱਲ ਦਾ ਉੱਤਰ ਦੇਵੇ। ਮੈਂ ਚਾਹੁੰਦਾ ਕਿ ਐਤਵਾਰ ਸੰਗਰਾਂਦ ਵਾਲੇ ਦਿਨ ਮੈਂ ਸਾਰੀ ਸੰਗਤ ਸਾਹਮਣੇ, ਆਪਣੇ ਪਰਿਵਾਰ ਸਾਹਮਣੇ ਆਪਣਾ ਪੱਖ ਪੇਸ਼ ਕਰਾਂ, ਮੈਂ ਆਪਣਾ ਸਪਸ਼ਟੀਕਰਨ ਦੇਵਾਂ। ਉਸ ਤੋਂ ਅਗਲੇ ਦਿਨ ਹੀ ਭਾਵੇਂ ਮੇਰੀ ਜਾਨ ਨਿਕਲ ਜਾਏ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਮਰਨ ਤੋਂ ਨਹੀਂ ਡਰਦਾ, ਅੱਜ ਜਾਨ ਨਿਕਲ ਜਾਏ। ਪਰ ਹੁਣ ਮੈਂ ਇੱਕ ਅਰਦਾਸ ਕਰ ਰਿਹਾ ਸਤਿਗੁਰੂ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਸੰਗਰਾਮ ਤੱਕ ਜ਼ਰੂਰ ਜਿਉਂਦਾ ਰੱਖੋ, ਕਿਉਂਕਿ ਮੈਂ ਦਾਗ ਲਵਾ ਕੇ ਦੁਨੀਆ 'ਚੋਂ ਜਾਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਹਮੇਸ਼ਾ ਸੜਕਾਂ 'ਤੇ ਰਹਿੰਦਾ, ਰੋਡਾਂ 'ਤੇ ਰਹਿੰਦਾ ਔਰ ਸੰਸਾਰ ਵਿੱਚ ਵਿਚਰਨੇ ਆ, ਕੀ ਪਤਾ ਕਿਹੜੇ ਵੇਲੇ ਸਵਾਸ ਨਿਕਲ ਜਾਣੇ ਨੂੰ, ਐਡਾ ਵੱਡਾ ਦਾਗ ਲੈ ਕੇ ਮੈਂ ਨਹੀਂ ਜਾਣਾ ਚਾਹੁੰਦਾ। ਮੈਂ ਚਾਹੁੰਦਾ ਕਿ ਮੈਂ ਜੋ ਜੋ ਇਹ ਗੱਲਾਂ ਕਹੀਆਂ ਗਈਆਂ ਨੇ ਇਹਨਾਂ ਨੂੰ ਮੈਂ ਸਪਸ਼ਟ ਜ਼ਰੂਰ ਕਰਾਂ। ਹੁਣ ਆਪਾਂ ਗੱਲ ਕਰਨੇ ਆ ਸੁਖਵਿੰਦਰ ਸਿੰਘ ਦੀ। ਸੁਖਵਿੰਦਰ ਸਿੰਘ ਬਲਿਆਲ ਨਗਰ ਦਾ ਬੱਚਾ ਹੈ, ਆਇਆ ਸੀ ਸਾਡੇ ਕੋਲ, ਮੈਨੂੰ ਬੜਾ ਚੰਗਾ ਲੱਗਦਾ ਸੀ ਕਿਸੇ ਸਮੇਂ, ਵੀ ਜਗਿਆਸੂ ਵੀ ਲੱਗਦਾ ਸੀ, ਮੈਂ ਪਿਆਰ ਵੀ ਬੜਾ ਕਰਦਾ ਸੀ। ਉਹ ਮੇਰੇ ਨਾਲ ਥੋੜ੍ਹਾ ਸਮਾਂ, ਉਹਨੇ ਮੇਰੇ ਨਾਲ ਸਾਈਡ 'ਤੇ ਬੈਠ ਕੇ 3-4 ਸਾਲ ਢੋਲਕ ਵਜਾਈ ਹੈ। ਸਾਡਾ ਮੇਨ ਢੋਲਕਈਆ ਗੁਰਦੇਵ ਸਿੰਘ ਹੈ, ਉਹ ਮੇਰੇ ਨਾਲ ਹਮੇਸ਼ਾ ਢੋਲਕ ਵਜਾਉਂਦਾ। ਉਹ ਸਾਈਡ 'ਤੇ ਢੋਲਕ ਵਜਾਉਂਦਾ ਸੀ, 3-4 ਸਾਲ ਉਹ ਮੇਰੇ ਕੋਲ ਰਿਹਾ। ਉਸ ਤੋਂ ਬਾਅਦ
ਉਹ ਕਿਸੇ ਬੀਬੀ ਨਾਲ ਗੱਲ ਕਰਦਾ ਸੀ ਜਿਹਨੂੰ ਉਹਨੇ ਆਪਣੀ ਭੈਣ ਬਣਾਇਆ ਹੋਇਆ ਸੀ। ਉਹਨੇ ਆਪਣੇ ਇੰਟਰਵਿਊ ਵਿੱਚ ਵੀ ਉਹਦਾ ਜ਼ਿਕਰ ਕੀਤਾ, ਉਹ 45 ਸਾਲ ਦੀ ਹੈ। ਮੈਂ ਉਹਨੂੰ ਕਿਹਾ ਸੀ ਕਿ ਭੈਣਾਂ ਬਣਾ ਕੇ ਅਸੀਂ ਗੱਲ ਕਰਨੇ ਆ, ਭਾਵੇਂ ਤੁਸੀਂ ਸੱਕੀ ਭੈਣ ਨਾਲ ਵੀ ਗੱਲ ਕਰਦੇ ਹੋ, ਲੋਕਾਂ ਨੇ ਸ਼ੱਕ ਕਰਨਾ ਹੈ, ਐਸਾ ਨਾ ਕਰੋ। 6-7 ਸਾਲ ਪਹਿਲਾਂ ਫੋਨ ਵੀ ਬਹੁਤ ਘੱਟ ਹੁੰਦੇ ਸੀ, ਅੱਜ ਕੱਲ੍ਹ ਤਾਂ ਘਰ ਘਰ ਹਰ ਇੱਕ ਕੋਲ ਮੋਬਾਈਲ ਹੈ, ਪਰ ਉਸ ਵੇਲੇ ਘੱਟ ਸਨ। ਮੈਂ ਉਹਨੂੰ ਪਿਆਰ ਨਾਲ ਸਮਝਾਇਆ ਕਿ ਬੱਚੇ ਐਸਾ ਕੰਮ ਠੀਕ ਨਹੀਂ, ਚਾਹੇ ਤੁਹਾਡੀ ਭੈਣ ਹੀ ਹੈ। ਮੈਂ ਇੰਟਰਵਿਊ ਵਿੱਚ ਵੀ ਇਹ ਗੱਲ ਕਹੀ ਹੈ ਕਿ ਮੈਂ ਉਹਦੇ ਕਰੈਕਟਰ 'ਤੇ ਦੋਸ਼ ਨਹੀਂ ਲਾਇਆ, ਨਾ ਮੈਂ ਹੁਣ ਲਾ ਰਿਹਾ, ਵੀ ਉਹ ਗਲਤ ਹੈ ਕਿਉਂਕਿ ਮੇਰੇ ਕੋਲ ਕੋਈ ਪਰੂਫ ਨਹੀਂ ਹੈ। ਉਹ ਗੱਲ ਕਰਦਾ ਹੈ ਉਸ ਲੜਕੀ ਨਾਲ, ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਉਹਦੇ ਨਾਲ ਉਹ ਗਲਤ ਹੈ। ਮੈਂ ਐਸਾ ਕੋਈ ਇਲਜ਼ਾਮ ਉੱਤੇ ਨਹੀਂ ਲਾ ਰਿਹਾ, ਲਾਵਾਂਗਾ ਵੀ ਨਹੀਂ, ਲਾਣਾ ਵੀ ਨਹੀਂ ਚਾਹੀਦਾ। ਉਹਨੇ ਭੈਣ ਬਣਾਈ ਹੈ ਤਾਂ ਠੀਕ ਹੈ, ਪਰ ਸਾਡੇ ਸਥਾਨ 'ਤੇ ਇਸ ਗੱਲ ਦੀ ਵੀ ਇਜਾਜ਼ਤ ਨਹੀਂ ਸੀ ਕਿ ਤੁਸੀਂ ਕਿਸੇ ਨਾਲ ਭੈਣ ਬਣਾਓਗੇ। ਲੋਕਾਂ ਨੇ ਦੁਨੀਆ ਦੇ ਮੂੰਹ ਅਸੀਂ ਨਹੀਂ ਫੜ ਸਕਦੇ, ਸਾਡੇ ਸਥਾਨ 'ਤੇ ਜਿਹੜੇ ਲੋਕ ਆਉਣ ਵਾਲੇ ਨੇ ਉਹਨਾਂ ਨੂੰ ਵੀ ਪਤਾ ਹੈ। ਬਾਕੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇੱਥੇ ਜਿੰਨੇ ਸਿੰਘ ਨੇ ਉਹਨਾਂ ਵਿੱਚੋਂ 85% ਸਿੰਘ ਗ੍ਰਿਸ਼ਤੀ ਨੇ। ਇਸ ਵੇਲੇ ਸਾਡੇ ਕੋਲ ਸਿਰਫ 8-10 ਸਿੰਘ ਬਿਹੰਗਮ ਨੇ, ਜਿਨ੍ਹਾਂ ਵਿੱਚੋਂ 3-4 ਦੇ ਰਿਸ਼ਤੇ ਹੋਏ ਨੇ, ਬਾਕੀਆਂ ਦੇ ਵੀ ਵਿਆਹ ਕਰ ਦੇਣੇ ਨੇ। ਮੈਂ ਆਪਣੇ ਸਿੰਘਾਂ ਨੂੰ ਹਮੇਸ਼ਾ ਆਖਿਆ, ਜਿਸ ਦਿਨ ਤੁਹਾਡਾ ਮਨ ਕਰੇ ਤੁਸੀਂ ਆਖੋ ਬਾਬਾ ਜੀ ਸਾਡਾ ਵਿਆਹ ਕਰ ਦਿਓ, ਅਸੀਂ ਇੱਕ ਮਿੰਟ ਦੇਰ ਨਹੀਂ ਲਾਵਾਂਗੇ, ਉਸੇ ਵੇਲੇ ਤੁਹਾਡਾ ਰਿਸ਼ਤਾ ਕਰਕੇ 2 ਦਿਨ ਦੇ ਵਿੱਚ ਵਿੱਚ ਤੁਹਾਡਾ ਅਸੀਂ ਵਿਆਹ ਕਰ ਦਿਆਂਗੇ। ਪਰ ਮੈਂ ਹਮੇਸ਼ਾ ਆਪਣੇ ਸਿੰਘਾਂ ਨੂੰ ਕਹਿੰਦਾ, ਮੇਰੇ ਉੱਤੇ ਤੁਸੀਂ ਕੋਈ ਦਾਗ ਨਾ ਲੱਗਣ ਦਿਓ। ਮੈਂ 13 ਸਾਲ ਗੁਰਸਿੱਖੀ ਦਾ ਗੁਰਮਤ ਦਾ ਪ੍ਰਚਾਰ ਕੀਤਾ, ਕਿਸੇ ਕਾਰਨ ਕਰਕੇ ਮੇਰੇ 'ਤੇ ਕੋਈ ਦਾਗ ਨਾ ਲੱਗੇ। ਸੋ ਇਸ ਤਰ੍ਹਾਂ ਉਹ ਜਦੋਂ ਨਹੀਂ ਹਟਿਆ ਤਾਂ ਮੈਂ ਉਹਨੂੰ ਭੇਜ ਦਿੱਤਾ, ਘਰ ਚਲਿਆ ਗਿਆ। ਉਸ ਤੋਂ ਬਾਅਦ ਉਹ 4 ਸਾਲ ਪਤਾ ਨਹੀਂ ਉਹ ਕਿੱਥੇ ਕਿੱਥੇ ਰਹਿ ਕੇ ਆਇਆ, ਰੱਬ ਜਾਣਦਾ। ਉਹ ਸਾਡੇ ਕੋਲ ਆਉਂਦਾ ਦੁਬਾਰਾ, ਮੈਨੂੰ ਕਹਿੰਦਾ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ, ਭਾਵੇਂ ਮੈਨੂੰ ਮੱਝਾਂ ਦਾ ਗੋਹਾ ਸੁੱਟਣ ਵਾਸਤੇ ਰੱਖ ਲਓ, ਪਰ ਮੈਨੂੰ ਆਪਣੇ ਪਾਸ ਰੱਖੋ। ਮੈਂ ਨਹੀਂ ਸੀ ਉਹ 'ਤੇ ਤਰਸ ਕਰਦਾ ਕਿਉਂਕਿ ਮੈਨੂੰ ਪਤਾ ਸੀ ਆਪਣੀ ਆਦਤਾਂ ਤੋਂ ਬਾਜ ਨਹੀਂ ਇਹਨੇ ਆਉਣਾ, ਫਿਰ ਇਹਨੇ ਉੱਦਾਂ ਗੱਲਾਂ ਕਰਨੀਆਂ ਨੇ, ਇਹਦਾ ਸੁਭਾਅ ਕੁਛ ਵੱਖਰੇ ਕਿਸਮ ਦਾ। ਫਿਰ ਵੀ ਚਲੋ ਸਾਰੇ ਸਿੰਘ ਕਹਿੰਦੇ ਰਹੇ, ਮੈਂ ਉਹਨੂੰ ਪੱਕਾ ਨਹੀਂ ਕਿਹਾ ਕਿ ਤੂੰ ਰਹਿ ਜਾ, ਨਾ ਹੀ ਉਹਦੀ ਅਸੀਂ ਉੱਥੇ ਦੁਬਾਰਾ ਕੋਈ ਡਿਊਟੀ ਲਾਈ। ਉਹ 6 'ਚ ਚਲਿਆ ਜਾਂਦਾ, 10 ਵਿੱਚ ਵਾਪਸ ਆਉਂਦਾ। ਉਹ ਮਸਾਂ ਹੀ 4-5 ਮਹੀਨੇ ਰਿਹਾ ਅਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿੱਚ ਇੱਕ ਚੋਰੀ ਹੋਈ ਜਨਵਰੀ ਮਹੀਨੇ ਵਿੱਚ। ਉਹ ਚੋਰੀ ਵਿੱਚ ਕਿਉਂ ਹੋਈ ਮੈਨੂੰ ਇੰਟਰਵਿਊ ਵਿੱਚ ਸਵਾਲ ਪੁੱਛਿਆ ਭਾਈ ਕੁਲਦੀਪ ਸਿੰਘ ਨੇ। ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਕੋਲ 25 ਲੱਖ ਦੀ ਚੋਰੀ ਹੋਈ। ਇਹ ਗੱਲ ਦਾ ਜ਼ਿਕਰ ਸੁਖਵਿੰਦਰ ਸਿੰਘ ਨੇ ਇੰਟਰਵਿਊ ਵਿੱਚ ਕੀਤਾ ਹੈ ਕਿ ਬਾਬਾ ਜੀ ਨੇ 2 ਕਰੋੜ ਦਾ ਇਲਜ਼ਾਮ ਮੇਰੇ ਉੱਤੇ ਲਾਇਆ। ਮੈਨੂੰ ਇਹ ਗੱਲ, ਉਹ 2 ਕਰੋੜ ਕੋਈ ਨਹੀਂ ਸੀ, 25 ਲੱਖ ਦੀ ਚੋਰੀ ਹੋਈ। ਮੈਨੂੰ ਕੁਲਦੀਪ ਸਿੰਘ ਨੇ ਪੁੱਛਿਆ ਕਿ ਬਾਬਾ ਜੀ ਇਸ ਗੱਲ ਦਾ ਜਵਾਬ ਦਿਓ ਵੀ ਤੁਹਾਡੇ 20-25 ਲੱਖ ਰੁਪਈਆ ਇੱਦਾਂ ਹੀ ਪਿਆ ਰਹਿੰਦਾ। ਉਸ ਗੱਲ ਦਾ ਜਵਾਬ ਮੈਂ ਉਹਨਾਂ ਨੂੰ ਵੀ ਦਿੱਤਾ ਸੀ ਅਤੇ ਮੈਂ ਇੱਥੇ ਵੀ ਦੇ ਦਿੰਦਾ। ਅਸੀਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਯਾਤਰਾ ਲੈ ਕੇ ਗਏ ਸੀ, ਜਿਹਦੇ ਵਿੱਚ ਅਮੈਰੀਕਾ, ਕੈਨੇਡਾ ਔਰ ਇੰਗਲੈਂਡ, ਆਸਟ੍ਰੇਲੀਆ ਦੀ ਸੰਗਤ ਨੇ ਸ਼ਮੂਲੀਅਤ ਕੀਤੀ ਸੀ। ਟੋਟਲ 350-350 ਸਰੀਰ ਸੀ। ਵੋਲਵੋ ਬੱਸਾਂ ਗਈਆਂ, ਹੋਰ ਸਾਰਾ ਇੰਤਜ਼ਾਮ ਅਸੀਂ ਕੀਤਾ। ਜਦੋਂ ਅਸੀਂ ਯਾਤਰਾ ਲੈ ਕੇ ਵਾਪਸ ਆਏ, ਉਸ ਵੇਲੇ ਸਾਰੀ ਸੰਗਤ ਨੇ ਆਖਿਆ ਕਿ ਬਾਬਾ ਜੀ ਤੁਹਾਡੇ ਖਰਚੇ ਹੋਏ ਨੇ, ਆ ਸਾਡਾ $1,000, ਕੋਈ $2,000, ਉਹ ਸਾਰੇ ਮਾਇਆ ਦੇ ਕੇ ਗਏ। ਉਹ ਸਾਰੀ ਸੇਵਾ ਅਸੀਂ ਬੱਸਾਂ ਵਾਲਿਆਂ ਨੂੰ ਦੇਣੀ ਹੈ, ਪੇਮੈਂਟ ਅਸੀਂ ਦੇਣੀ ਹੈ। ਉਹ ਸਾਰੇ ਪੈਸੇ ਅਸੀਂ ਇੱਥੇ ਰੱਖੇ ਵੀ ਸਵੇਰੇ ਬਦਲਾ ਕੇ ਲਿਆਓ। ਬਾਪੂ ਅਜੀਤ ਸਿੰਘ ਇੰਗਲੈਂਡ ਵਾਲੇ ਸਵੇਰੇ ਗਏ ਨੇ, ਉਹ ਜਿੱਥੋਂ ਚੇਂਜ ਹੁੰਦੀ ਹੈ ਉੱਥੋਂ ਪੈਸੇ ਬਦਲਵਾ ਕੇ ਲਿਆ ਕੇ ਰੱਖੇ ਨੇ ਕਿ ਸਵੇਰੇ ਅਸੀਂ ਪੇਮੈਂਟਾਂ ਸਾਰੀਆਂ ਕਰਨੀਆਂ ਨੇ। ਅਸੀਂ ਰਾਤ ਨੂੰ ਖੰਨੇ ਗਏ ਅਤੇ ਬਾਅਦ ਵਿੱਚ ਇੱਥੇ ਚੋਰੀ ਹੋ ਗਈ। ਸ਼ੀਸ਼ੇ ਤੋੜ ਕੇ ਮੇਰੇ ਕਮਰੇ ਦੇ ਵਿੱਚ ਆ ਕੇ ਉਹ ਪੈਸੇ ਜਿਹੜੇ ਸੀ ਕੋਈ ਚੁੱਕ ਕੇ ਲੈ ਗਿਆ। ਹੁਣ ਇਹ ਕੰਮ ਬਾਹਰਲੇ ਬੰਦੇ ਦਾ ਨਹੀਂ ਹੋ ਸਕਦਾ, ਮੇਰੇ ਪਰਸਨਲ ਕਮਰੇ ਦੇ ਵਿੱਚ ਕੋਈ ਆਇਆ ਅਤੇ ਏਡੀ ਵੱਡੀ ਚੋਰੀ ਉਹਨੇ ਕੀਤੀ। ਅਸੀਂ ਇਸ ਵਾਸਤੇ ਇਨਵੈਸਟੀਗੇਸ਼ਨ ਕਰਨ ਵਾਸਤੇ ਅਸੀਂ 10 ਸਿੰਘਾਂ ਨੂੰ ਭੇਜਿਆ, ਜਿਹੜੇ ਮੇਰੇ ਕਮਰੇ 'ਚ ਆਉਂਦੇ ਜਾਂਦੇ ਨੇ, ਮਿਲਦੇ ਨੇ, ਇੱਥੇ ਬੈਠਦੇ ਨੇ। ਮੈਂ ਆਖਿਆ ਸਾਰਿਆਂ ਤੋਂ ਪੁੱਛ ਪੜਤਾਲ ਕਰੋ। ਪਰ SHO ਜੱਸਾ ਸਿੰਘ ਸਨ ਉਸ ਵੇਲੇ, ਉਹਨਾਂ ਨਾਲ ਮੈਂ ਗੱਲ ਕੀਤੀ ਕਿ ਭਾਈ ਸਾਹਿਬ ਜੀ ਤੁਸੀਂ ਗੁਰਸਿੱਖ ਵੀ ਹੋ ਅਤੇ ਤੁਸੀਂ ਸਾਡੇ ਕੋਲ ਆਉਣ ਜਾਣ ਵਾਲੇ ਹੋ, ਅਸੀਂ ਕਿਸੇ ਬੱਚੇ 'ਤੇ ਬਾਈ ਨੇਮ ਪਰਚਾ ਨਹੀਂ ਕਰਨਾ ਚਾਹੁੰਦੇ, ਸਾਡੇ ਸਿੰਘ ਨੇ, ਇਹਦੇ ਵਿੱਚ ਸਾਡੀ ਬਦਨਾਮੀ ਹੁੰਦੀ ਹੈ, ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੁੰਦੀ ਹੈ ਚੰਗਾ ਨਹੀਂ ਲੱਗਦਾ। ਔਰ ਸਿਰਫ ਸਾਨੂੰ ਸ਼ੱਕ ਹੈ, ਕੀ ਪਤਾ ਚੋਰ ਬਾਹਰੋਂ ਹੀ ਹੋਵੇ, ਤੁਸੀਂ 10 ਸਿੰਘਾਂ ਨੂੰ ਲੈ ਜਾਓ, ਇਹਨਾਂ ਨੂੰ ਬਿਠਾ ਕੇ ਗੱਲ ਕਰੋ। ਕਈ ਵਾਰੀ ਕੀ ਹੁੰਦਾ, ਜਿਹੜਾ ਬੰਦਾ ਝੂਠਾ ਹੁੰਦਾ ਨਾ, ਉਹ ਪੁਲਿਸ ਵਾਲਿਆਂ ਦੀ ਗੱਡੀ ਵਿੱਚ ਬੈਠ ਕੇ ਹੀ ਕੰਬ ਜਾਂਦਾ, ਹੋ ਸਕਦਾ ਤੁਸੀਂ ਪਛਾਣ ਲਓ। ਉਹ ਕਹਿੰਦੇ ਜੀ ਠੀਕ ਹੈ, ਉਹ ਲੈ ਕੇ ਗਏ ਨੇ ਇਹਨਾਂ ਨੂੰ। ਉਹਨਾਂ ਨੇ 2-2.5 ਘੰਟੇ 3 ਘੰਟੇ ਉੱਥੇ ਰੱਖਿਆ। ਇਸ ਗੱਲ ਇਹ ਪੂਰਾ ਇੰਨਾ ਹੀ 2-2.5 ਘੰਟੇ ਬਾਅਦ ਉਹਨਾਂ ਨੂੰ ਵਾਪਸ ਭੇਜਿਆ ਗਿਆ। ਸਾਰੇ ਸਿੰਘ ਖੁਸ਼ ਨੇ ਵੀ ਚਲੋ ਅਸੀਂ ਵਾਪਸ ਆ ਗਏ, ਠੀਕ ਹੈ ਬਾਬਾ ਜੀ ਜਦੋਂ ਅਸੀਂ ਇੱਥੇ ਰਹਿੰਦੇ ਹਾਂ, ਐਡੀ ਚੋਰੀ ਹੋਈ ਹੈ ਤਾਂ ਚਾਹੀਦਾ। ਪਰ ਇਹ ਭਲਵਾਨ, ਅਸੀਂ ਇਹਨੂੰ ਭਲਵਾਨ ਕਹਿੰਦੇ ਸੀ, ਸੁਖਵਿੰਦਰ ਸਿੰਘ ਇਹਦਾ ਨਾਂ ਸੀ ਬੱਚੇ ਦਾ, ਇਹਨੇ ਬੜਾ ਰੌਲਾ ਪਾਇਆ।
ਇਦਾਂ ਕੀਤਾ, ਸਾਨੂੰ ਤੁਸੀਂ ਸ਼ੱਕ ਕੀਤਾ, ਇਦਾਂ ਕੀਤਾ। ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਆਪਣੇ ਘਰ ਚਲੇ ਜਾਓ, ਸਾਡੀ ਗੱਡੀ ਰਾਤ ਵੇਲੇ ਇਹਨੂੰ ਇਹਦੇ ਘਰ ਛੱਡ ਕੇ ਆਈ। ਇਸ ਤੋਂ ਬਾਅਦ ਇਹ ਸਾਨੂੰ ਨਹੀਂ ਮਿਲਿਆ। ਇਹ ਜਨਵਰੀ ਦੇ ਤਕਰੀਬਨ 17-18 ਤਰੀਕ ਤੋਂ ਇੱਥੋਂ ਜਾਂਦਾ ਹੈ। ਉਸ ਤੋਂ ਬਾਅਦ ਆ ਹੁਣ ਹੁਣ ਮਈ ਦੇ ਚੱਲ ਰਿਹਾ, ਅਪ੍ਰੈਲ ਦੇ 19-20 ਤਰੀਕ ਨੂੰ, 19 ਨੂੰ ਨਾ ਜਾਂ 20 ਨੂੰ ਸਾਡੇ ਕੋਲ ਹਾਈ ਕੋਰਟ ਤੋਂ ਸੰਮਣ ਆਉਂਦੇ ਨੇ। ਉਹ ਸੰਮਣ ਕੀ ਆਏ ਨੇ ਹਾਈ ਕੋਰਟ ਤੋਂ ਕਿ ਬਾਈ ਨੇਮ ਮੇਰੇ 'ਤੇ ਪਰਚਾ ਕੇਸ ਦਰਜ ਕਰਵਾਇਆ ਗਿਆ। ਉਹਦੇ ਮਾਂ ਪਿਓ ਨੇ ਕਰਵਾਇਆ ਕਿ ਸਾਡਾ ਬੱਚਾ ਕਿਸੇ ਨੇ ਚੁੱਕ ਲਿਆ ਅਤੇ ਚੁਕਵਾਇਆ, ਇਹਨਾਂ ਨੇ ਪੁਲਿਸ ਨੇ ਚੁੱਕ ਲਿਆ, ਇਹ ਉਹਨਾਂ ਨੇ ਸਾਡੇ 'ਤੇ ਇਲਜ਼ਾਮ ਲਾਇਆ। ਮੈਂ ਪੁੱਛਿਆ, ਵਕੀਲ ਨਾਲ ਗੱਲ ਕੀਤੀ ਵੀ ਸਾਨੂੰ ਤਾਂ ਪਤਾ ਨਹੀਂ ਉਹ ਬੱਚਾ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ, ਅਸੀਂ ਨਹੀਂ ਜਾਣਦੇ। ਅਤੇ ਸਾਡੇ 'ਤੇ ਉਹਨਾਂ ਨੇ ਕੇਸ ਕਰ ਦਿੱਤਾ। ਉਹ ਕਹਿੰਦੇ ਬਾਬਾ ਜੀ ਚਿੰਤਾ ਵਾਲੀ ਗੱਲ ਨਹੀਂ, ਤੁਹਾਡਾ ਸਪਸ਼ਟੀਕਰਨ ਹੋਏਗਾ ਵੀ 1.5 ਸਾਲ ਤੋਂ ਸਾਡੇ ਕੋਲ ਗਿਆ, ਸਾਨੂੰ ਨਹੀਂ ਪਤਾ ਕਿੱਥੇ ਹੈ। ਮੈਂ ਕਿਹਾ ਚਲੋ 10 ਤਰੀਕ ਉਹਦੀ ਕੋਰਟ ਵਿੱਚ ਪਈ ਹੋਈ ਹੈ। ਹੋਇਆ ਕੀ ਹੈ ਕਿ ਇਹ ਸਾਨੂੰ ਥੋੜ੍ਹੇ ਦਿਨ ਪਹਿਲਾਂ ਸਾਡੇ ਸਿੰਘਾਂ ਨੂੰ ਪਟਿਆਲੇ ਜਾਂਦਾ ਮਿਲਦਾ। ਆਪਣੇ ਸਿੰਘਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਉਹ ਤਾਂ ਇੱਥੇ ਖਲੋਤਾ ਆਪਣੇ ਉੱਤੇ, ਉਹਨੇ ਏਡਾ ਵੱਡਾ ਕੇਸ ਕੀਤਾ ਹੈ, ਉਹ ਤਾਂ ਇੱਥੇ ਖਲੋਤਾ। ਮੈਂ ਕਿਹਾ ਤੁਸੀਂ ਉਹਨੂੰ ਹੱਥ ਨਹੀਂ ਲਾਉਣਾ, ਪਸਿਆਣਾ ਸਾਡੇ ਨੇੜੇ ਚੌਂਕੀ ਪੈਂਦੀ, ਪੁਲਿਸ ਵਾਲਿਆਂ ਨੂੰ ਦੱਸੋ ਵੀ ਜਿਹੜੇ ਬੰਦੇ ਪਰਿਵਾਰ ਨੇ ਸਾਡੇ 'ਤੇ ਕੇਸ ਕੀਤਾ, ਸਾਡਾ ਬੰਦਾ ਪੁਲਿਸ ਚੁੱਕ ਕੇ ਲੈ ਗਈ ਹੈ, ਇਹਨਾਂ ਨੇ ਚੁਕਵਾ ਦਿੱਤਾ, ਪਤਾ ਨਹੀਂ ਕੀ ਕਿੱਥੇ ਅਲੋਪ ਕਰ ਦਿੱਤਾ, ਉਹ ਇੱਥੇ ਫਿਰਦਾ। ਅਤੇ ਉਸੇ ਵੇਲੇ ਪੁਲਿਸ ਵਾਲਿਆਂ ਨੇ ਉਹਨੂੰ ਫੜ ਕੇ ਗੱਡੀ 'ਚ ਬਿਠਾਇਆ। ਅੱਧਾ ਘੰਟਾ, ਸਿਰਫ ਅੱਧਾ ਘੰਟਾ, ਇਸ ਗੱਲ ਨੂੰ ਜਿੱਦੋਂ ਮਰਜ਼ੀ ਜਿਵੇਂ ਮਰਜ਼ੀ ਆ ਕੇ ਚੌਂਕੀ 'ਚ ਪੁਲਿਸ 'ਚੋਂ ਪੁੱਛ ਸਕਦੇ ਹੋ। ਅੱਧਾ ਘੰਟਾ ਇਹਨੂੰ ਬਿਠਾਇਆ, ਬਿਠਾ ਕੇ ਸਿਰਫ ਪੁੱਛਿਆ ਵੀ ਕਾਕਾ ਤੂੰ ਕਿੱਥੇ ਸੀ। ਇਹਨੇ ਉਸ ਵੇਲੇ ਜਵਾਬ ਦਿੱਤਾ ਕਿ ਅਵਾਰਾਗਰਦੀ ਦੇ ਵਿੱਚ ਮੈਨੂੰ ਭਵਾਨੀਗੜ੍ਹ ਪੁਲਿਸ ਨੇ ਅਰੈਸਟ ਕੀਤਾ ਸੀ, ਪਰਚਾ ਹੋਇਆ ਹੋਇਆ। ਇਹ ਪਰਚਾ ਤੁਸੀਂ ਭਵਾਨੀਗੜ੍ਹ ਥਾਣੇ ਵਿੱਚੋਂ ਆ ਕੇ ਕੋਈ ਵੀ ਜਿੱਥੇ ਮਰਜ਼ੀ ਇਹ ਪਤਾ ਕਰ ਸਕਦਾ। ਇਹਦੇ 'ਤੇ ਜਿਹੜਾ ਪਰਚਾ ਹੋਇਆ, ਪੁਲਿਸ ਨੇ 2 ਦਿਨ ਇਹਨੂੰ ਰੱਖਿਆ, ਉਸ ਤੋਂ ਬਾਅਦ ਇਹਨੂੰ ਛੱਡ ਦਿੱਤਾ। ਉਹਨੂੰ ਕਿਹਾ ਵੀ ਤੂੰ ਅਵਾਰਾਗਰਦੀ ਦੇ ਚੱਕਰ ਵਿੱਚ ਤੈਨੂੰ ਫੜਿਆ ਗਿਆ, ਤੈਨੂੰ ਛੱਡ ਦਿੱਤਾ ਗਿਆ, ਪਰ ਤੂੰ ਸਾਨੂੰ ਇਹ ਦੱਸ ਵੀ ਤੂੰ ਸਾਡੇ 'ਤੇ ਕਿਉਂ ਕੇਸ ਕੀਤਾ। ਉਹ ਕਹਿੰਦਾ ਮੈਂ ਨਹੀਂ ਕੀਤਾ, ਮੇਰੇ ਮਾਂ ਪਿਓ ਨੂੰ ਸ਼ੱਕ ਸੀ ਅਤੇ ਸ਼ਾਇਦ ਸਾਡਾ ਬੱਚਾ ਇਹ ਨਾ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਨੇ ਕੇਸ ਕਰ ਦਿੱਤਾ। ਅਸੀਂ ਆਖਿਆ ਠੀਕ ਹੈ ਭਾਈ, ਚਲੋ ਠੀਕ ਹੋ ਗਿਆ ਵੀ ਚੱਲ ਤੂੰ ਸਾਨੂੰ ਪਤਾ ਲੱਗ ਗਿਆ ਸਾਰਾ। ਮਾਂ ਪਿਓ ਨੂੰ ਤਾਂ ਹਮੇਸ਼ਾ ਹੀ ਸ਼ੱਕ ਹੋ ਹੀ ਜਾਂਦਾ ਕਿ ਸਾਡਾ ਬੱਚਾ ਹੈ, ਇੱਦਾਂ ਦੀ ਗਲਤੀ ਕਰ ਦਿੱਤੀ ਹੋਣੀ ਹੈ। ਚਲੋ ਇਹਨਾਂ ਨੇ ਹੋ ਸਕਦਾ ਚੁਕਵਾ ਦਿੱਤਾ ਹੋਵੇ। ਅਸੀਂ ਕਿਹਾ ਠੀਕ ਹੈ, ਅਸੀਂ 10 ਤਰੀਕ ਨੂੰ ਜਵਾਬ ਦੇ ਦਿਆਂਗੇ, ਪਰਚੇ ਦੀ ਅਸੀਂ ਕਾਪੀ ਲੈ ਜਾਂਦੀ ਹੈ ਵੀ ਹਾਈ ਕੋਰਟ ਵਿੱਚ ਅਸੀਂ ਪੇਸ਼ ਹੋ ਕੇ ਜਵਾਬ ਦਿਆਂਗੇ। ਹੁਣ ਇਹ ਚਲਿਆ ਗਿਆ ਆਪਣੇ ਘਰ। ਉਸ ਤੋਂ ਬਾਅਦ ਇਹ ਇੰਟਰਵਿਊ ਦੇ ਰਿਹਾ, ਜਿਹੜਾ ਟਾਕ ਸ਼ੋਅ ਹੋਇਆ ਤੁਸੀਂ ਸਾਰਿਆਂ ਨੇ ਜੋ ਸੁਣਿਆ, ਉਹਦੇ ਵਿੱਚ ਇਹਨੇ ਫਿਰ ਇਹ ਕਿਹਾ ਕਿ ਮੈਨੂੰ ਇਹਨਾਂ ਨੇ ਉਸ ਵੇਲੇ ਇੰਨਾ ਟੋਰਚਰ ਕੀਤਾ, ਮੈਨੂੰ ਬੇਹੋਸ਼ ਕਰ ਦਿੱਤਾ ਗਿਆ, CI ਸਟਾਫ ਵਿੱਚ ਮੈਨੂੰ ਕੁੱਟਿਆ ਗਿਆ, ਮਾਰਿਆ ਗਿਆ, ਪਤਾ ਨਹੀਂ ਕਿੱਥੇ ਕਿੱਥੇ ਮੇਰੇ ਬਿਜਲੀਆਂ ਲਾਈਆਂ ਗਈਆਂ, ਬਹੁਤ ਸਾਡੇ ਨਾਲ ਧੱਕਾ ਹੋਇਆ। 10 ਬੱਚੇ ਇਨਵੈਸਟੀਗੇਸ਼ਨ ਵਾਸਤੇ ਗਏ ਸੀ, 9 ਸਾਡੇ ਕੋਲ ਅਜੇ ਵੀ ਰਹਿੰਦੇ ਨੇ। ਕੋਈ ਬੱਚਾ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਕਿਸੇ ਨੇ ਹੱਥ ਲਾਇਆ, ਕੋਈ ਸਬੂਤ, ਕੋਈ ਕਿਸੇ ਨੇ ਥੱਪੜ ਵੀ ਇਹਨਾਂ ਨੂੰ ਨਹੀਂ ਮਾਰਿਆ, ਇਹਨਾਂ ਨੇ ਐਡਾ ਵੱਡਾ ਉਹਦਾ ਇੱਕ ਰੂਪ ਬਣਾਇਆ ਇਸ ਬੱਚੇ ਨੇ, ਪਹਿਲੀ ਗੱਲ। ਦੂਸਰੀ ਗੱਲ ਇਹਨੇ ਹੁਣ ਆਖੀ ਹੈ ਕਿ ਮੈਨੂੰ ਇਹਨਾਂ ਨੇ ਚੁਕਵਾਇਆ, ਇਹਨਾਂ ਨੇ ਮੇਰੇ ਕੇਸ ਕਤਲ ਕਰਵਾਏ। ਮੈਂ ਭਾਈ ਸਾਹਿਬ ਕੁਲਦੀਪ ਸਿੰਘ ਹੋਣਾ ਨੂੰ ਵੀ ਇਹ ਗੱਲ ਟਾਕ ਸ਼ੋਅ ਵਿੱਚ ਬੋਲ ਕੇ ਆਇਆ। ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ ਇਹ ਸਾਨੂੰ ਸਭ ਦੱਸੇ ਕਿ ਫਲਾਣੇ ਔਫਿਸਰ ਨੇ ਇਹਦੇ ਕੇਸ ਕੱਟੇ ਨੇ, ਬਾਈ ਨੇਮ ਗੁਰਦੁਆਰਾ ਪਰਮੇਸ਼ਰ ਦੁਆਰ ਟਰੱਸਟ ਉਹਦੇ ਉੱਤੇ ਕੇਸ ਕਰੇਗਾ ਕਿ ਗੁਰਸਿੱਖ ਦੇ ਕੇਸ ਕਿਵੇਂ ਕਤਲ ਕੀਤੇ ਗਏ, ਪਰ ਇਸ ਗੱਲ ਦਾ ਸਬੂਤ ਹੋਵੇ ਵੀ ਕਿਹੜੇ ਔਫਿਸਰ ਨੇ ਕੱਟੇ ਨੇ, ਕਦੋਂ ਕੱਟੇ ਨੇ, ਕਿਵੇਂ ਕੱਟੇ ਨੇ। ਇਹ ਕਹਿੰਦਾ ਕਿ ਬਾਬਾ ਜੀ ਉਹ ਔਫਿਸਰ ਨੇ ਦੱਸ ਰਿਹਾ ਮੈਨੂੰ ਫੋਨ ਕਰਕੇ ਕਿ ਬਾਬਾ ਜੀ ਕਹਿ ਰਹੇ ਨੇ ਟੱਡਰੀਆਂ ਵਾਲੇ ਕਿ ਇਹਦਾ ਇਹਦੇ ਕੇਸ ਕਤਲ ਕਰ ਦਿਓ, ਇਹਦੇ ਕੇਸ ਕੱਟ ਦਿਓ, ਇਸ ਕਰਕੇ ਅਸੀਂ ਕੇਸ ਕਤਲ ਕੀਤੇ ਨੇ। ਸੋ ਇਸ ਕਰਕੇ ਮੈਂ ਉਹ ਇਸ ਗੱਲ ਦੀ ਸੰਗਤ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਹੁਣ ਵੀ ਉਹ ਇਹ ਕਹਿੰਦਾ ਮੇਰੇ ਕੇਸ ਕਤਲ ਕੀਤੇ ਗਏ। ਕੋਈ ਵੀ ਬੰਦਾ ਕਹੇਗਾ ਮੈਂ 13 ਸਾਲ ਤੋਂ ਕੇਸ ਰਖਾਏ ਨੇ, ਬੜਾ ਰੌਲਾ ਮੈਂ ਸੁਣ ਰਿਹਾ, ਇਹ ਬਾਬੇ ਨੂੰ ਇੱਦਾਂ ਕਰੋ, ਇਹਨੇ ਇੱਦਾਂ ਅੰਮ੍ਰਿਤ ਸੰਚਾਰ ਦਾ ਮੈਂ 13 ਸਾਲ ਰਖਵਾਏ ਨੇ, ਤੁਸੀਂ ਇੱਕ ਕੇਸ ਕਟਾਏ ਵੇਖੇ ਨੇ, ਇੰਨੇ ਰਖਵਾਏ ਨਹੀਂ ਵੇਖੇ। ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ ਹੈ, ਛਕਿਆ ਸੰਗਤ ਨੇ, ਲੋਕ ਜੁੜੇ ਨੇ, ਕੇਸਾਧਾਰੀ ਹੋਏ ਨੇ। ਇੱਕ ਬੰਦੇ ਨੇ ਇਹ ਗੱਲ ਕਹਿਤੀ, ਮੇਰੇ ਲੱਖਾਂ ਲੋਕ ਤੁਹਾਨੂੰ ਕਹਿਣਗੇ ਮੈਂ ਮੇਰੇ ਕੇਸ ਰਖਾਏ ਨੇ, ਉਹਦੇ ਵੱਲ ਕਿਸੇ ਨੇ ਨਹੀਂ ਵੇਖਿਆ। ਇੱਕ ਬੰਦਾ ਕਹਿੰਦਾ ਮੇਰੇ ਕੇਸ ਕਟਾਏ ਨੇ, ਸਾਰੀ ਦੁਨੀਆ ਉਸ ਵੱਲ ਵੇਖ ਰਹੀ ਹੈ ਵੀ ਮੇਰੇ ਕੇਸ, ਇਸ ਬੱਚੇ ਦੇ ਕੇਸ ਕੱਟੇ ਗਏ। ਅਤੇ ਮੈਂ ਐਡਾ ਮੂਰਖ ਨਹੀਂ ਹਾਂ, ਕਿਸੇ ਬੰਦੇ ਦੀ ਪੱਗ ਨੂੰ ਹੱਥ ਪੈ ਜਾਂਦਾ ਹੈ ਅਤੇ ਸਾਰੀ ਦੁਨੀਆ 'ਚ ਕਿੱਡਾ ਇਸ਼ੂ ਖੜ੍ਹਾ ਹੋ ਜਾਂਦਾ ਹੈ। ਕਿਸੇ ਬੰਦੇ ਦੇ ਅਸੀਂ ਕੇਸ ਕਤਲ ਕਰ ਦਿਆਂਗੇ, ਸਾਨੂੰ ਪਤਾ ਹੈ ਉਹਦੇ ਕੇਸਾਂ ਨੂੰ ਕੈਂਚੀ ਨਹੀਂ ਲਵਾਉਣ ਲੱਗੇ, ਅਸੀਂ ਆਪਣੀਆਂ ਜੜ੍ਹਾਂ ਕੱਟਣ ਲੱਗੇ ਹਾਂ।
13 साल असी गुरसिखी का प्रचार किया है। एडा वड्डा बजरुक रहत जिन्हों मैं कहिंदा रहा, संगत समझ सकती है कि मैं एडा वड्डा घिनौना पाप मैं कर सकदा, मैं किसी नूं आखां भी केस कतल करावे। मैं बेनती करके ये आप जी नूं कहना चाहुंदा इस गल का सबूत देवे कि किहड़े फोन तो किहड़े ऑफिसर नूं कॉल होई है, किहड़े ऑफिसर नाल मेरी गल होई है, कोई डिटेल्स कढ़ा लो, साडे फोनां दीआं कढ़ाओ, ऑफिसरां दे फोनां दीआं कढ़ाओ, निरपक्ष कोई किसी तरीके की यदि जांच हो सकती है। केसा वाली गल जी है इतने मैं हूँ क्लीयर करना, यह पहला पॉइंट उन्हें रखे है मेरे केस कलाल करतल करार से। दूजी गल कह रहा है कि सानू धमकियां मिल रही हैं, वह बंदे की डिटेल कटाओ और साडे सिंघां दीआं कटाओ कि साडे सिंघां तो 1.5 साल किन्नी वारी उहदियां कालां ते धमकियां गई ने। साडे ड्राइवर का उन्हें नाम लिया है कि ड्राइवर दे साडे दा नंबर जिहड़ा वह कढ़ाया जाए और वेखो कि किन्नी वारी उन्हें धमकियां दित्तियां गई ने। कोई भी बंदा उठ के कह सकता है मैनू धमकी दी, इहदा मतलब यह नहीं कि धमकियां जा रही ने, यह प्री प्लैन सारा कुछ किया जा रहा है कि तुसीं इस तरीके सिर इल्जाम लाओ। दूजी गल यह है जिस तरह भाई साहब सिंह ने बाबा मान सिंह जी नूं आख्या, मैं यह गल उस वेले भी बोली है कि बाबा मान सिंह जी ने इको गल कही है कि रब जानदा मैं जवाब नहीं देना। उन्होंने प्रेमी कहिंदे रहे ने बाबा जी बोलो, तुसी बोलो, असी तुहाडे नाल खड़ने आ। बाबा जी नहीं बोलियो, कहिंदे ने रब जानदा, यह उन्हां दी मर्जी है। मैं ये नहीं कहिंदा उन्हां ते इल्जाम लगे झूठे ने गलत ने, उन्हां ते इल्जाम सच्चे ने, मैं ये गल बिल्कुल नहीं कह रहा। मैं सिर्फ इन्नी बेनती कर रहा उन्होंने जवाब नहीं दिते ये उन्हां दी मर्जी है, कोई साधु जवाब नहीं दिंदा ये उन्हां दी मर्जी है। पर मैं इस गल उत्थे भी कही है ते अज भी कह रहा कि मैं इस गल का जवाब देना है क्योंकि सबूत होना चाहिए, इदां ते कोई भी उठ के कह देगा। दूजी गल जिहड़ी उस बंदे ने साडे ते लाई है, इन्हां कोल बड़ा पैसा है, बड़ियां इन्हां ने जायदादां बनाईआं होईआं। इस गल वास्ते मैं बेनती जिहड़े सानू सुनण वाले लोग ने उन्होंने सुनिया जां साडे प्रोग्रामां ते वेखदे ने इत्थे आंदे ने सब नूं पता, कई जगह मैं लाइव विच वी इह गल बोल चुकी कि गुरमुखो मैं जिन्ना चिर जिउंना इत्थे असी अज तक कदे किसी तों पैसा मंगिया नहीं, संगत ने भेटा खुश हो के मैं कीर्तन करन जाना, गाउण वाले जांदे ने लोक उन्हां उत्तों भी डालर सुट्टदे ने, कीर्तनीए जांदे ने उन्हां ने अगे भी रखदे ने, कोई अपने अकाउंट जमा करांदा है, कोई अपने बच्चियां लई कोठी बणांदा है, कोई गुरु घर ते लांदा है, कोई लंगर ते लांदा है, कोई परोपकार ते लांदा है, इह अगले दी मर्जी है। पर मैं असी इस जगह ते संगत ज़्यादा आउण करके लंगर दी लोड़ है, दरबार साहब चाहीदा है, सारा कुछ दवान हाल चाहिए, इस करके असी इत्थे जमीन खरीदी। रुपया रुपया जिहड़ा संगत ने दिता है बिना मंगे तो वह असी इत्थे जमीन खरीदी है। असी तकरीबन सानू 2 एकड़ पिंड ने दिती है जगह और असी 30-32-31 एकड़ जगह असी आप इत्थे खरीदी है। टोटल इत्थे 33 एकड़ जमीन है जिहदे विचों अजे 8 एकड़ की रजिस्ट्री होने वाली है, 8 एकड़ की रजिस्ट्री अजे होने वाली है, 26 एकड़ की रजिस्ट्री हो चुकी। मैं जदों सारा कुछ मेरे नाम होया सी मैं आप जाके कचहरी दे विच गुरु ग्रंथ साहब दे नाम करा के आया क्योंकि गुरु ग्रंथ साहब जी नूं व्यक्ति मानदी है कोर्ट, उत्थे जो जिस वेले लिखित हुंदी है ते व्यक्ति मन्निया जांदा गुरु ग्रंथ साहब दे नाम जायदाद चढ़ सकती है, उतर नहीं सकती, जायदाद चढ़दी है। हुण मैं भी चाहवां वह जमीन वापस नहीं हो सकती, वह मैं गुरु ग्रंथ साहब दे नाम कराई है, ट्रस्ट के नाम ही नहीं कराई। ट्रस्टा में साढ़े ट्रस्ट में 5-6 मैंबर ने कदे रौला भी पै सकता है, कुछ होर भी ऐसी वैसी गल हो सकती है। मैं ट्रस्ट के नाम जमीन नहीं कराई, जमीन टेक केयर ट्रस्ट करेगा पर सांभेगा रहेगी जमीन गुरु ग्रंथ साहब की। दूसरी गल भी सुनो, मैं स्टेज पर भी यह कह चुकिया कि साढ़े परिवार का कोई मैंबर कदे ट्रस्टी नहीं बनेगा, मेरे तो बाद मेरे ज्यौदियाँ मेरा भरा मेरे भतीजे साडे परिवारक मैंबर कोई भी साडे ट्रस्ट विच नहीं आ सकते, संगत रूप विच आउण संगत रूप विच जाण, ठीक है मैनू प्यार करदे होणगे पर दुनिया कहिंदी है भरा काबज हो गए, परिवार काबज हो गए, रिश्तेदार काबज हो गए। असी इन्हां गल्लां तों चलने आ, 1 रुपए की जायदाद मैं गल स्टेज ते कहिंदा वी मेरे नां कोई बंदा 1 रुपए की जायदाद कढ दवे मैनू बाह तों फड़ के स्टेज तों थल्ले ला दिओ कि तुहानूं प्रचार करन दा कोई हक नहीं, क्यों? क्योंकि तुसी अपनियां जायदादां बनाईयां ने। मैं जिन्ना चिर जिउंना मेरे नाम किसी कोर्ट विच जाओ, निरपक्ष जांच करो, अजकल इंटरनेट ते सारा कुछ है, चैक कर लो कि ये जिहड़ी रजिस्ट्री है, मैं ये भी तुहानूं विखा सकदा वी गुरु ग्रंथ साहब सच्चे पातशाह दे नां है, मैं अपनी मर्जी नाल करा के आया। अपने पिता नूं आख्या है कि ढड्डरियां दी जायदाद विचों भी
जिथे गुरुद्वारा बनया 4 एकड़ जमीन जिहड़ी मेरे हिस्से तां ज्यादा हुंदी सी पर 4 एकड़ जमीन उहदे विचों वी क्योंकि मैं तुहानूं कमा के नहीं दिता कुछ ते तां करके मैं उहदे विचों 4 एकड़ मेरी जद्दी जमीन चों गुरु ग्रंथ साहिब दे नां कराओ क्यों क्योंकि मैं सारी जिंदगी गुरुद्वारे रहा ते गुरुद्वारे दी रोटी खाधी है। दूसरी गल जिहड़ी उस बंदे ने जायदाद की गल की है मैं क्लीयर कर चुकिया उहने कहा इहनां दीआं बड़ियां कोठियां ने उन्हें चैल कोठियां की गल की है। ये गल मैं कोई लुकी छिपी नहीं मैं हर गल संगत च क्लीयर करदा एक संग्राम ते भी मैं बोलिया कि सात संगत एक चैल विच जगह है गोबिंदगढ़ परिवार ने ली है गोबिंदगढ़ वाले परिवार ने एक जगह ली है सानू कहिंदे ने उत्थे गुरुद्वारा बनाओ उन्हां दे उह नाम जगह है उत्थे जाओ उत्थे उस बंदे ने कहा है जांदे ने अग दूसरी गल उह करैक्टर की करदा है हुण तीजी गल मैं शुरू करन लगा करैक्टर की उन्हें करैक्टर की गल करदे आ मैं पहला कह चुकिया कि मैं उहदे करैक्टर ते दोष नहीं ला रहा क्योंकि मैं कुछ वेख्या नहीं उन्हें मेरे करैक्टर ते दोष लाया है। भाई साहब कुलदीप सिंह होणा ने मैनूं सवाल पुछिया कि तुहाडे करैक्टर ते दोष लाया है। एक दो मैनूं होर पत्रकारां दे फोन आए ने तुहाडे ते उहने चोले दीआं लीरां लीरां कर दित्तियां ने तुहाडे करैक्टर दीआं लीरां लीरां कर दित्तियां ने इह गल मैनूं किसे बंदे ने होर वी कही। हुण मैं इस गल बारे भाई कुलदीप सिंह होणा नूं बेनती कीती मैं उन्होंने आख्या वह कहिंदा है कि अद्धी रात नूं जीना पा के ये जांदे ने कदे ये जो मैं सुनी है गल के रात नूं कलम कल्ले गड्डी लेके जांदे ने ये कईआं घरां च जांदे ने कई कुड़ियां नाल लड़कियां दे नाल ये गलत ने और कई बीबियां ने लत्तां घुटदियां ने कई अंदर आउंदियां ने बाहरलियां लोक लड़कियां नूं अंदर वड़न देंदे ने चार पंज इन्हां ने इत्थे कोठियां बनाईआं होईआं ने। मैं बेनती करनी चाहुंदा कि दो कमरे थल्ले ने एक कमरा उपर बनया है ये 3 कमरे ने जिथे मैं रहिंदा 10 साल मैं एक कमरे में कट्टी है जित कट्टे है जिथे ना कोई धुप जाती सी ना कोई हवा जाती सी अंदर ही अंदर मैं 10 साल रहा। इत्थे 2 कमरे थले एक कमरा उपर बनया वह मैं उदों इन्हां कमरिया च आया जदों सतगुरु जी का वड्डा दरबार साहब बन गया सतगुरु वड्डे दरबार च चले गए तो मेरी यह 2 कमरे रिहायश है। ये भी मैं संगत च कह चुकिया भी जिन्ना चिर मैं जिउंदा उन्ना चिर मैं अपनी रिहायश वरतांगा उदू बाद यह भी संगत की है क्योंकि जमीन तो गुरु ग्रंथ साहब के नाँ है आह जी उत्ते बिल्डिंग बनी है ये मैं रहिंदा उस तो बाद यह भी मैं मेरे तो बाद संगत को मिल जानी ये गल मैं क्लीयर कर चुकिया। वह कहिंदा उत्थे 4-5 कोठियां बनिया ने यह सारी संगत ने आके इत्थे वेख्या है वह बंदा बोल रहा कोठियां बनिया ने तुसीं क्यों नहीं आके वेखते भी कहड़ियां कहड़ियां कोठियां बनिया जाके आके वेखो भी किन्नियां कोठियां ने कहिंदा किसी कोठी उधर उधर बड़ा कुछ मेरे करैक्टर बारे उन्हें बोलिया चैल वाली गल जी उन्हें की है कोठियां ने उत्थे उत्थे 2 कॉटेज बनिया ने कट्ठिया एक जगह ने गोबिंदगढ़ परिवार के वो नाम ने साढ़े कित नाम नहीं हैं तो मैं जी उत्थे 4-5 वारी गया तो घट तो घट 25-30 सिंघां नूं नाल लैके गया। इस गल नूं भी तुसीं जांच करो उत्थे जाके उस इलाके उस एरिए उत्थे नेड़े नेड़े दे पिंडां च उत्थे रहण वाले वसिंदियां नूं पुछो कि बाबे आए ने इन्हां नाल कदे कोई बीबी आई है कदे कोई औरत आई है। उस बंदे ने मेरे करैक्टर ते दोष लाया मैं अपनी माँ नूं भी जदों मिलदा 13 सालां विच कोई अज तक सबूत कराए कि मैं किसी लड़की नूं कल्ली नूं मिलिया मैं किसी औरत नूं कल्ली नूं मिलिया उहदा भरा नाल होएगा उहदी माँ नाल होएगी उहदा प्यो नाल होएगा हमेशा संगत विच मिलदा कदे अज तक कदे किसी कोई सबूत कराए किसी कल्ली बीबी नाल मैं गल कीती होवे कमरे च बह के जां बाहर बह के कुर्सी ते बैठ के कदे मैं गल किसी बीबी नाल नहीं कीती क्योंकि मैं इन्हां गल्लां तों हमेशा चलदा मैनूं पता है इदां दीआं गल्लां हर किते आउंदीआं ने साडे ते अज आ गई है तां मैं तां जवाब दे रहा। मैं अपनी माँ नूं कहिंदा कि तुसीं मैनूं मिलण आणा है ना ते मेरे पिता नूं नाल लै के आयो उह मैनूं कहिंदी है क्यों माँ नूं हक नहीं अपने पुत्र नूं मिलण दा मैं उहनां नूं कहिंदा है ते बीबी है ना जदों अंदर जाएगी तूं मैनूं मिलेगी तो लोगों ने तेनों बैक तो वेख लेना तो लोग आखणगे बीबी अंदर वड़ गई है पिता जी नाल होणगे तो कहणगे परिवार आया परिवार नाल मैं गल कर रहा माँ है प्यो है माँ है भावें ता भी मैं कल्ला नहीं मिलिया कोई सबूत नहीं करा सकता अज तक मैं कदे मैनू कोई बंदा दसे कि मैं ढडरियां वाले बाबे नू कल्ले नू गड्डी चला के वेख्या भी कल्ला गड्डी चला रहा है मेरे नाल हमेशा जथा पूरा हुंदा असी रात नू 4-4 बजे इत्थे वड़ने आ थके थकाए आउने आ। दूसरी गल मैं उन्होंने अपने करैक्टर बारे एको गल जी डट के कही है तो मैं सदा कहंगा ये कह दियाँ गल्लां नहीं मैं तुहानू ये गल कह रहा सतगुर ते मान करके मैं भाई कुलदीप सिंह होना चैनल ते गल बोल चुके हाँ कि भाई साहब तुसी एक पैनल बनाओ मीडिया दा 10-20-30 जिन्ने रेडियो चैनल सब कट्ठे हो जाओ उस तो बाद
बड़ी तरक्की कर गया, अमरीका भी कनेडा भी, बड़े बड़े तकड़े तकड़े डॉक्टर ने। वो डॉक्टरों को सदो मीडिया के सामने, जे तुसी कहो कि पर्दा नहीं करना तो मैं इस गल नू भी तैयार हाँ, मैं पर्दा भी नहीं करा, ये भी मैं मानने नू तैयार, मैं पर्दा भी नहीं करा। तुसी ये चेक करो, हर तरह हर चीज़ चेक हुंदी है, बड़े बड़े घपले हुंदे ने तां पता लग जांदा है, बड़े बड़े कारनामे लोग कर जांदे ने। मैं 29 साल का हो जाना 7 जुलाई नू, मैं इन्हां सालां च बेहंगम हाँ कि नहीं हाँ, मेरा जत सत कायम है कि नहीं है, ये मशीनां दसणगियां, ये डॉक्टर दसणगे। जे उन्हां नू मैं गल कही है कि तुसी मैनू कनेडा सदो, मैं कनेडा आवांगा, मैनू अमरीका सदो, मैं अमरीका आवांगा, इंग्लैंड सदो, इंग्लैंड आवांगा, इंडिया च आउणा है, तुसी सारे इकट्ठे एक पैनल बना के मीडिया सारा आवे ते मैनू चैक करे। जे मेरा शरीर बेहंगम ना होया, नहीं हैगा, मैं गलती अपनी जिंदगी च कीती है, शरीर मेरा टच होया किसी दे नाल, उसे वेले आ पहला गुरु ग्रंथ साहब के नाँ करा चुके हैं, सारा कुछ अकाल तख्त साहब नूं मत्था टेक दें देंगा। SGPC ये सारा स्थान सांभ लवे, इत्थे जो उन्हां दा दिल करदा बनावे। जे मेरे च घाट लभ जाएगी, मेरे शरीर च, मैं बेहंगम नहीं हाँ, तो सीधा अपने घर जावांगा, अपने घर बैठांगा, मेरे वर्गे बंदे पखंडी साध नूं कोई हक नहीं प्रचार करन दा। दूजी गल, ये जिहड़ी खास गल है, ये तीन गल्लां क्योंकि करैक्टर दी कीती है ना, अज तक मैं कलगी नहीं लाई, लोगों ने मेरे सिर धक्के नाल ही कलगी ला दी, इन्हां ने कलगी लाई, मैं नहीं लाई। लोगों ने आख्या इन्हां ने औडियां रखियां, बत्तियां लाइया, मैं नहीं लाइया बत्तियां, मैं कोई औडी नहीं रखी, पर उस सारियां नूं एक रस्से परोया गया, दुख लगा तो मैं आवाज़ उठाई, संगत सारी समझदी है। अज तक मैं सोचदा भी कोई गल नहीं, बड़े मसले हुंदे ने, पर अज ये गल जिहड़ी है करैक्टर दी कीती है, करैक्टर दी ये गल बड़ी वड्डी हुंदी है। मैं करज स्टेज ते भी करदा हुंना, अंबरों डिगदा आदम कह के चुक लैंदे, नजरों डिगया उठाया जा नहीं सकता। जिहड़े बंदे ते एडा वड्डा दोष लग जा, मैनूं दसो मैं किवें अमरीका कनेडा विच जावां, मैं इंग्लैंड च जावां। जिहड़ा बंदा एडा वड्डे दोष भी बल्ले बल्ले एडा प्रचार, एडा गल्लां करदे ने वड्डियां वड्डियां, और एडे करैक्टरलैस, रातां नूं उठ उठ के जनानियां कोल जांदे ने, इदां दियां गल्लां मेरे ते कर रहे ने। मैं बेनती करना भी ये सारी संगत दे चरणां च, साढ़े मैनूं पता है कि बहुत सारे लोग ने जिहड़े साधुआं संतां दे बड़े खिलाफ ने, वो अपने तरीके नाल सही ने। सानूं कोई बंदा आखे ना कि संत नहीं हुंदे, असी कदे नहीं मन्नदे, क्यों? क्योंकि असी महापुरशां दी संगत कीती है, ते सानूं उन्हां ने गुरु ग्रंथ साहिब नाल जोड़िया, सच दा राह विखाया। इस तरह जिहड़े दूजे लोग हुंदे ने उन्हां नूं कहो भी संत हुंदे ने, उन्हां दे अंदर भी ये गल बैठी है किते ना किते भी संत नहीं हुंदे, असी उन्हां नूं मनाना नहीं कि असी संत, जां असी संत आ। संत भी सुरत दा नां है। मैं एक बेनती संगत विच करदा हुंना, हर संत है, हर गुरसिख है, हर की साधु है। MA च जाण वाला भी स्टूडेंट, पहली च जाण वाला भी स्टूडेंट, MA वाला गल पै जाए क्यों कहिंदे हो मैं तो इन्ने साल लाए ने, पहली वाला किदां स्टूडेंट बन गया? पहली वाले नूं भी तुसीं स्टूडेंट, विद्यार्थी, MA वाला भी विद्यार्थी। अंदर दी ये सारी पढ़ाई है, जिहड़ा तुर पैंदा लोक उहनूं कहिण लग जांदे ने संत तुरिया जांदा है, विद्यार्थी तुरिया जांदा है, हजे उह पहली च उहदा ज्ञान किन्ना है तां किसे ने नहीं वेख्या, साडी अंदरली किन्नी क पावर है तां किसे ने नहीं वेखी, बाहरी पहरावा साडा वेंदे ने। सुरत दा नां संत है, तुर तुरदा जिहड़ा भी है साडे वर्गा चोला पा लैंदा, लोक इह बाबे ने संत ने, एक गल प्रचलित हो जांदी है ते साडे लई भी हो गई है। पर आह जिहड़ियां गल्लां कहीआं ने, मैं तां जवाब देण लगा क्योंकि सानूं लोक चाहुण वाले ने ना कई प्यार करदे, ते मैं उन्हां वास्ते इह जवाब दे रिहा कि जिहड़ा सानूं कोई साधु समझ के प्यार करदा है, कोई मैनूं पुत्तर कहिंदा है, कोई मैनूं अपना बच्चा कहिंदा है, कोई मैनूं अपना भरा कहिंदा है, ते वो सारियां दे दिल टुट दे। मैं उन्हां सारियां नूं ये रिक्वेस्ट बेनती करनी चाहुंना कि आ वीडियो मैं नैट ते पवावांगा, बेनती करके भी जिथे मर्जी, जे तुसीं मैनूं पुत्तर, अपना पुत्तर, साधु जो समझदे हो, जिथे मर्जी तुसीं परखो, साढ़े विच इदां दी कोई घाट नहीं है जिदां दी बनाई गई है। दूजी गल, समय समय सिर जिहड़े मसले आए आ, भावें अमर संचार की गल वो जदों भी कीती है, विदेशां च भी गया, इत्थे नहीं कि इत्थे कीता है, सबूत ने। कनेडा वाले कहणगे साढ़े च इन्ने अमर संचार होया सी जदों आए सी, अमरीका वाले कहणगे महीना टूर लाते ने 7 वारी अमृत छका के गए, आस्ट्रेलिया वाले बोलणगे न्यूजीलैंड गया सौ कहणगे आए सी 5 दिन 7 दिन प्रचार किया, इन्या ने अमृत छकिया सी।
इंडिया का कला कला पिंड बोलेगा, कला कला जिला बोलेगा। जिथे जिथे मैं गया संग्राम ते आके वेखो, जिन्हां ने नहीं वेख्या सीढ़ियां वेखो कि जे 50,000 बंदा बैठा हुंदा तां उहदे विचों 200-400 होणगे जिहड़े नगुरे होण, बाकी सब अमृतधारी संगत हुंदी है। इस करके उहनां सारिआं नूं मैं जवाब देना चाहुंदा, बेनती मैं तां करनी चाहुंदा। दूसरी गल भी ये अमृत संचार वाली गल साइड ते जिदा जिदा पंथक मुद्दे होए है, भावें सरसे वाले का रौला पिया उदों भी शहीदियां होईयां, तां जा के हैल्प भी की, अपने वालों परिवारों की मदद भी की, जिन्ने जोगा हाँ मैं करदा। सारियां ड्यूटियां एक बंदा नहीं कर सकता सी, प्रचार कर लगा, प्रचार कर रहा जिन्ना क मेरे तो जा सकता है। जसपाल सिंह हुण शहीद होया उत्थे गया, डटिया अड़िया भी हाँ, विरुद्ध भी होए ने लोग, सरकारां भी विरुद्ध हुई ने, प्रशासन भी विरुद्ध होया, अड़ के बह गए, संस्कार नहीं करन देना, अड़े हैं, सारा कुछ इंटरनेट ते हैगा, गए हैं। भाई राजवान दे संबंध विच डट के सारी संगत विच बोलदा रहा। मैनू कहिंदे ने लोग आ बड़ा सोहना कीता सी पर आ की कर दिता है, पानी फेर दिता सारी गल ते। एक बंदा उठ के बोलदा ते तुसीं सारी गल हाँ जी इदां हो गया, आ हो गया। मैं बेनती संगत दे चरणां विच करनी चाहुंदा, मेरी सारी संगत नूं बेनती है भी कोई भी इदां दी गल अज आई है, कल कोई होर भी उठ के कह सकदा है सानू उत्थे इदां होया, सानू कुट के उत्थों कढ दित्ता गया, मार दित्ता गया। मैं फिर पहला सारियां गल्लां दोहरा चुकिया भी केस कतल कीते ने, मैनू दसे सबूत देवे असी किहड़े बंदे नूं किहा, किहड़ा वह ऑफिसर है, जिहड़ा वह बंदा है जिहनूं असीं गल कीती है, जिहदे नाल वह बंदा जिन्हें इहनूं किहा कि ढड्डरियां वाले ने किहा जी केस कट दे, वह बंदे नूं ना दसे, असीं इहनूं इत्थे बुलाईए, मीडिया सामने लैके आईए, वह बोले दसे कि किहड़े वेले मैं गल कीती है, क्यों इहनूं चुकिया। वह परचा है आवारागर्दी का, पुलिस का परचा है आवारागर्दी का, दोष ला रहा मेरे ते, सानू चकवा दिता, सानू मरवा देणगे, साडे परिवार नू कनेडा लै जाओ, साडे परिवार की हैल्प करो। ते लोग भी बोल रहे ने असी तेरे नाल हाँ, असी तेरे नाल डट के खड़े हाँ, इहो जे पखंडी साधां नू इदां करांगे, आ करांगे, तेरी हैल्प करांगे। ते करो डट के, सारे सिंघां की हैल्प करो, पर यह जरूर वेख लो भी सच्चाई की है। मेरा पक्ष तुसी सुन लिया। दूजी गल, अस्थान ते आओ, रजिस्ट्रियां वेखो, सब कुछ वेखो, आ रिकॉर्डिंगां नैट ते पईआं ने, जिदन तुसी वेखोगे कि इन्नी जायदाद बनाई है मैनू दस्यो, कोई बैंकां दे अकाउंट चैक कर लो कि मेरा 10 लख 20 लख 50 लख पिया तां दसो। दूजी गल है साढ़े आ के उन्हां सीमेंट जिथों आ रहे हैं, जिथों इट्टां आ रही ने, जिथों राशन लैके आने, उन्होंने आके पुछो, वो लोग कहणगे वह 60-70 लख इन्हां ने बाजारां दा देण वाला हुंदा है। हमेशा असी करजाई रहिंदे हां, थोड़े थोड़े करके लाते रहने, फिर चढ़ जाते हैं, फिर ला दें, असं कहने वो ये तो कम चलते रहने ने, असी सिखी का प्रचार करना है बिना मंगण तो किया कर रहे। बाकी रही गल, जिथे कितें भी कोई मेरे तो जवाब मंगेगा इस विषय, देखो पंथक मुद्दों की गल नहीं, मेरे नाल गल चल पी, रागमाला बारे दसो जी, दसम ग्रंथ बारे दसो जी, ये गल्लां हुण करन वालियां नहीं, ये पंथक मुद्दे ने, पंथक मत भेद साडे च हमेशा बने रहे ने ते बने रहणगे। ये विद्वानां दे पैनल बनन, अकाल तख्त साहिब की सरप्रस्ती होवे, जां रल मिल के मिल बैठ के इदां दे मुद्दियां नूं असीं हल करिए, पर इदां दी जिहड़ी गल है, जिहड़ी मेरे ते परसनल जिहड़ी गल होई है, इस दे संबंध विच तुसीं जदों जिथे मर्जी चाहो मैनूं बुला सकदे हो, मैं आवांगा। बाकी मैनूं किसी चैनल दे उत्ते लै आओ, आ मेरी रिकॉर्डिंग है। मैं बेनती ये करना कि निरपक्ष हुंदा की है, कट वड करके हुण भी 22 मिनट की रिकॉर्डिंग जिहड़ी है वह पई है नैट ते, पर है वो 40-45 मिनट की नैट ते है, 45 मिनट की है, 22 मिनट की सिर्फ। उन्होंने कहा कि असी पा देनी, मैं उन्होंने दोष नहीं देना क्योंकि मेरे नाल उन्होंने बड़े प्यार नाल उत्थे वो किवें बोल रहे ने ये वखरा चैप्टर है, पर मेरे नाल वो किवें बोले ने कुलदीप सिंह होनी, उन्होंने मेरे नाल बहुत सोहनी गल की है। मैं उन्हां दा धन्नवादी हाँ क्योंकि उन्होंने मेरा पक्ष जाणिया, ते मैं चाहुंदा कि जिहड़ा भी बंदा जिहदी भी गल सुणदा जरूर सुणो, उहदों बाद फिर मेरा पक्ष जरूर जाणो, इत्थे आओ, वेखो, परखो, फिर जिहड़ा तुसीं रिजल्ट कढोगे साडे सिर मत्थे ते होएगा। मैं सारी संगत नूं इह बेनती करनी चाहुंदा, अपने प्यार वालियां नूं भी ते दूजियां नूं भी, जिहड़े भी जिस तरीके दे भी, उहनां नूं बेनती करनी चाहुंदा भी निरपक्ष जांच करिओ। जे मैं माड़ा प्यार वालियां नूं मैं गल कहिंदा भी जिदन साडे च कोई घाट हुंदी है ते तुसीं कदे मैनूं फतेह दी सांझ वी ना साडे नाल रखो, क्योंकि मैं हमेशा आख्या कि संगत चंगियां दी करो, जिहदा जीवन ही नहीं चंगा उहदे नाल साडी कोई सांझ नहीं होनी चाहीदी।
ਸੋ ਇਹ ਮੈਂ ਦੋ ਚਾਰ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਸੀ ਕਰ ਦਿੱਤੀਆਂ ਨੇ। ਬਾਕੀ ਲੇਟ ਹੈ ਸੰਗਰਾਂਦ, ਲੋਕ ਸਵਾਲ ਪੁੱਛਦੇ ਸੀ ਤਾਂ ਮੈਂ ਆਇਆ। ਕੁਲਦੀਪ ਸਿੰਘ ਹੋਣਾ ਨੇ ਵੀ ਟਾਈਮ ਲਾ ਦੇਣਾ, ਉਹਨਾਂ ਨੇ ਕਿਹਾ ਮੈਂ ਐਤਵਾਰ ਟਾਕ ਸ਼ੋ ਕਰਨਾ, ਇਸ ਕਰਕੇ ਉਹ ਟਾਈਮ ਅਜੇ ਲੇਟ ਹੈ, ਤਾਂ ਮੈਂ ਪਹਿਲਾਂ ਆ ਗਿਆ ਨੈੱਟ 'ਤੇ। ਮੈਂ ਕੈਨੇਡਾ ਇੱਕ ਵਾਰੀ ਗਿਆ ਸਾ, ਉਦੋਂ ਵੀ ਨਹੀਂ ਸਾ ਭੱਜਿਆ, ਉੱਥੇ ਹੀ ਬੈਠਾ ਰਿਹਾ ਸਾ 5 ਦਿਨ। ਕਲਗੀ ਵਾਲੀ ਗੱਲ ਚੱਲੀ ਸੀ, ਮੈਂ ਆਖਿਆ ਸੀ ਮੈਂ ਕਲਗੀ ਨਹੀਂ ਲਾਈ, ਮੇਰੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਵੀ ਇਹਨਾਂ ਨੇ ਮੱਥਾ ਟਿਕਾਇਆ। ਉਹ 5-7 ਮੱਥਾ ਟੇਕ ਗਏ, ਉਹਨਾਂ ਦੀ ਵੀਡੀਓ ਬਣੀ, ਟੇਕਿਆ ਹੈ, ਉਹਦੀ ਮੈਂ ਮਾਫ਼ੀ ਵੀ ਮੰਗੀ ਵੀ ਜੇ ਤੁਹਾਨੂੰ ਲੱਗਦਾ ਗੁਰਮਤ ਉਲਟ ਹੈ ਤਾਂ ਮੈਂ ਮਾਫ਼ੀ ਮੰਗਦਾ। ਉਦੋਂ ਵੀ ਨਹੀਂ ਸਾ ਭੱਜਿਆ ਅਤੇ ਹੁਣ ਵੀ ਨਹੀਂ ਭੱਜਿਆ। ਉਸੇ ਵੇਲੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਸੇ ਵੇਲੇ ਨੇ ਆ ਜਾਣਾ ਸੀ ਏਅਰ 'ਤੇ, ਪਰ ਮੈਂ ਥੋੜ੍ਹਾ ਲੇਟ ਗਿਆ, ਪਰ ਮੈਂ ਬੋਲੀ ਬੋਲ ਕੇ ਆਇਆ, ਟਾਈਮ ਪੂਰਾ ਲਾ ਕੇ ਆਇਆ। ਹੁਣ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਕਦੋਂ ਵੀ ਜਦੋਂ ਵੀ ਕੈਨੇਡਾ, ਉਦੋਂ ਵੀ ਨਹੀਂ ਸਾ ਭੱਜਿਆ, ਹੁਣ ਵੀ ਨਹੀਂ ਭੱਜਾਂਗਾ, ਕਦੇ ਕਦੇ ਨਹੀਂ ਭੱਜਾਂਗਾ। ਜਵਾਬ ਦਿਆਂਗਾ ਜੇ ਮੇਰੇ ਜੀਵਨ 'ਤੇ ਉਂਗਲ ਕਰੋਗੇ, ਸਬੂਤ ਲਿਆਉਣਾ ਪੈਣਾ, ਆਹ ਸਬੂਤ ਹੈ। ਕੋਈ ਵੀ ਬੰਦਾ ਉੱਠ ਕੇ, ਹੋ ਸਕਦਾ ਕੋਈ ਲੜਕੀ ਵੀ ਕੱਲ੍ਹ ਖੜੀ ਕਰ ਦੇਵੇ, ਕੋਈ ਲੜਕੀ ਕੱਲ੍ਹ ਨੂੰ ਕੋਈ ਕੱਪੜੇ ਪਾੜ ਕੇ ਖਲੋ ਜਾਂਦੀ ਮੇਰੇ ਨਾਲ ਇੱਦਾਂ ਕੀਤਾ, ਉਹਦਾ ਵੀ ਸਬੂਤ ਹੋਣਾ ਚਾਹੀਦਾ ਕਿ ਉਹ ਸੱਚਮੁੱਚ ਇੱਦਾਂ ਦੀ ਗੱਲ ਹੋਈ ਹੈ। ਕੋਈ ਵੀ ਹੋ ਸਕਦਾ, ਅੱਜ ਤਾਂ ਇੱਕ ਬੰਦਾ ਬੋਲ ਰਿਹਾ, ਪਰ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦਾ ਵੀ ਜ਼ਰੂਰ ਚੰਗੀ ਤਰ੍ਹਾਂ ਪਰਖ ਲਿਓ, ਵੇਖ ਲਿਓ, ਜਿਹੜੀਆਂ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਉਹਦਾ ਮੈਂ ਜਵਾਬ ਆਪ ਜੀ ਦੇ ਚਰਨਾਂ 'ਚ ਦੇ ਦਿੱਤਾ। ਦੂਜੀ ਗੱਲ ਮੇਰੀ ਇਹ ਵੀ ਹੈ ਵੀ ਉਹਨੇ ਬੋਲ ਕੇ ਸਾਨੂੰ ਸਵਾਲ ਪੁੱਛੇ ਨੇ ਅਤੇ ਬੋਲ ਕੇ ਹੀ ਮੈਂ ਇਹਦਾ ਜਵਾਬ ਦੇ ਦਿੱਤਾ ਸੰਗਤ ਦੇ ਵਿੱਚ। ਅਤੇ ਮੇਰੀ ਇਹ ਵੀ ਬੇਨਤੀ, ਕੋਈ ਬੰਦਾ ਭਾਵੁਕ ਨਾ ਹੋਵੇ, ਕੋਈ ਬੰਦਾ ਕਰੜਾ ਨਾ ਹੋਵੇ, ਕੋਈ ਵੀ ਬੰਦਾ ਇੱਦਾਂ ਦੀ ਗੱਲ ਨਾ ਕਰੇ। ਅੱਜ ਤੱਕ ਅਸੀਂ ਕਿਸੇ ਨੂੰ ਥੱਪੜ ਨਹੀਂ ਮਾਰਨ ਦਿੱਤਾ, ਅਸੀਂ ਸੜਕਾਂ 'ਤੇ ਲੰਘਦੇ ਹਾਂ, ਕਦੇ ਕਦੇ ਕਿਸੇ ਤਰ੍ਹਾਂ ਦੀ ਗੱਲ ਨਹੀਂ ਅੱਜ ਤੱਕ 13 ਸਾਲਾਂ 'ਚ ਹੋਣ ਦਿੱਤੀ। ਅਤੇ ਮੈਂ ਇਹ ਵੀ ਚਾਹੁੰਦਾ ਉਹ ਸਿੰਘ ਆਪਣੀ ਚੜ੍ਹਦੀ ਕਲਾ 'ਚ ਰਹੇ, ਮੈਂ ਨਹੀਂ ਮੰਨਦਾ ਉਹਦੇ ਕੇਸ ਕੱਟੇ ਹੋਏ ਨੇ ਇਸ ਵੇਲੇ, ਉਹ ਹੁਣ ਭਾਵੇਂ ਕੱਟ ਕੇ ਬਹਿ ਜਾ, ਲੋਕਾਂ ਦੇ ਸਾਹਮਣੇ ਆ ਜਾ, ਮੇਰੇ ਕੇਸ ਕਤਲ ਹੋ ਗਏ ਆ, ਪਰ ਜਿੱਦਣ ਉਹ 5-7 ਦਿਨ ਪਹਿਲਾਂ ਮਿਲਿਆ ਉਦਣ ਉਹਦੇ ਕੇਸ ਕਤਲ ਨਹੀਂ ਹੋਏ, ਮੈਂ ਨਹੀਂ ਵੇਖਿਆ। ਸਾਡੇ ਸਿੰਘ ਕਹਿੰਦੇ ਨੇ ਕੋਈ ਕੇਸ ਨਹੀਂ ਕੱਟੇ, ਬੜੇ ਲੋਕ ਇਸ ਗੱਲ ਦੇ ਗਵਾਹ ਨੇ, ਕੋਈ ਕੇਸ ਨਹੀਂ ਕੱਟੇ। ਪਰ ਜੇ ਉਹ ਕਹਿੰਦਾ ਮੇਰੇ ਕੇਸ ਕੱਟੇ ਨੇ ਤਾਂ ਮਹਾਰਾਜ ਮਿਹਰ ਕਰਨ, ਉਹ ਦੁਬਾਰਾ ਗੁਰੂ ਵਾਲਾ ਬਣੇ, ਦੁਬਾਰਾ ਸਿੰਘ ਸਾਜੇ, ਸੱਚੇ ਪਾਤਸ਼ਾਹ ਮਿਹਰ ਕਰਨ। ਬਾਕੀ ਜੇ ਅਸੀਂ ਕਟਵਾਏ ਨੇ, ਕੋਈ ਇਸ ਗੱਲ ਦਾ ਸਬੂਤ ਹੋਵੇ ਕਿਹੜੇ ਬੰਦੇ ਨੇ ਕੱਟੇ ਨੇ, ਕਿਹਨੂੰ ਅਸੀਂ ਫੋਨ ਕੀਤਾ, ਉਹ ਆਫਿਸਰ ਨੂੰ ਅਸੀਂ ਸਾਹਮਣੇ ਲਿਆਵਾਂਗੇ, ਜਿਹਦਾ ਉਹ ਨਾਂ ਲਏਗਾ ਅਸੀਂ ਲੈ ਆਵਾਂਗੇ, ਪੂਰੀ ਟੀਮ ਲੈ ਆਵਾਂਗੇ, ਪੂਰਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ। ਪਰ ਇਹਦੇ ਵਿੱਚ ਸੱਚਾਈ ਹੋਣੀ ਚਾਹੀਦੀ ਹੈ, ਅਸੀਂ ਗੁਰਸਿੱਖ ਬਣਾਏ ਨੇ, ਤੋੜੇ ਨਹੀਂ। ਮੈਂ ਕੈਨੇਡਾ ਗਿਆ ਸੀ, ਮੈਂ ਪੱਗਾਂ ਲਵਾਉਣ ਨਹੀਂ ਆਇਆ, ਮੈਂ ਪੱਗਾਂ ਬਣਾਉਣ ਆਇਆ, ਬਣਾਉਣਾ ਵਾਸਤੇ ਆਇਆ, ਢਵਾਉਣ ਵਾਸਤੇ ਨਹੀਂ ਆਇਆ, ਲਵਾਉਣ ਨਹੀਂ ਆਇਆ। ਅਸੀਂ ਕੇਸ ਰਖਾਣੇ ਨੇ, ਅਸੀਂ ਕਟਾਣੇ ਨਹੀਂ। ਐਡੀ ਵੱਡੀ ਭੁੱਲ ਮੈਂ ਕਦੀ ਨਹੀਂ ਕਰ ਸਕਦਾ, ਕਿਸੇ ਸਿੰਘ ਦੇ ਕੇਸਾਂ 'ਤੇ ਕੈਂਚੀ ਫਰਵਾ ਦਿਆਂਗਾ ਅਤੇ ਮੈਨੂੰ ਪਤਾ ਮੇਰੀਆਂ ਜੜ੍ਹਾਂ 'ਚ ਕੈਂਚੀ ਫਿਰ ਜਾਏਗੀ। ਇਸ ਕਰਕੇ ਮੇਰੀ ਇਹ ਬੇਨਤੀ ਹੈ, ਇਹ ਪੂਰਾ ਇੱਕ ਪਲੈਨ ਕਰਕੇ ਪੂਰੇ ਤਰੀਕੇ ਨਾਲ ਇਹ ਪੂਰਾ ਸਾਰਾ ਕੁਛ ਕੀਤਾ ਵੀ ਇੱਦਾਂ ਕਰਕੇ ਜੇ ਇਹ ਇਸ ਤਰੀਕੇ ਸਿਰ ਇਹਨਾਂ ਨੂੰ ਵੀ ਇੱਥੇ ਜੀ ਆਹ ਹੁੰਦਾ, ਉੱਥੇ ਜੀ ਆਹ ਹੁੰਦਾ। ਪਰ ਮੈਂ ਇਸ ਗੱਲ ਦਾ ਜਿੱਥੋਂ ਤੱਕ ਮੈਂ ਅੱਜ ਜਵਾਬ ਦੇ ਦਿੱਤਾ ਇੰਟਰਨੈਟ 'ਤੇ, ਅਤੇ ਮੈਂ ਅਰਦਾਸ ਕੀ, ਤੁਹਾਨੂੰ ਪਹਿਲਾਂ ਆਖਿਆ ਮੈਂ ਚਾਹੁੰਦਾ ਮੈਂ ਸੰਗਰਾਂਦ ਤੱਕ ਜਿਉਂਦਾ ਰਹਾਂ, ਮੈਂ ਇੱਥੋਂ ਵਾਲਾ ਜਿਹੜਾ ਮੇਰਾ ਪਰਿਵਾਰ ਹੈ ਉਹਨਾਂ ਨੂੰ ਮੈਂ ਜਵਾਬ ਦੇ ਸਕਾਂ। ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮਿਹਰ ਰੱਖਣ, ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।